ਹਾਂਜੀ ਸਭ ਕੁਛ ਦਿਓ ਕਾਲ ਜੀ ਸਾਰਿਆਂ ਨੂੰ, ਉਮੀਦ ਆ ਤੁਸੀਂ ਸਾਰਿਆਂ ਠੀਕ ਹੋ, ਕਿਉਂਕਿ ਅੱਜ ਆਪਾਂ ਆਏ ਹਾਂ ਹੋਸਪਿਟਲ ਜੀ। ਸਹਿਜਪ੍ਰੀਤ ਜੀ ਨਾਲ ਹੀ ਆ ਸਾਡੇ, ਅਤੇ ਮੇਰੀ ਮੰਮਾ ਇਹਦੀ ਉਹ ਲਾਈਨ 'ਚ ਲੱਗੀ ਆ, ਉੱਧਰ ਲਾਈਨ 'ਚ ਲੱਗੀ ਆ ਪਰਚੀ ਕਟਾਉਣ ਲਈ ਆ। ਕਟਾਲੀ ਲੱਗਦੀ ਲਓ ਜੀ ਪਰਚੀ ਲਈ ਕਟਾ, ਅਤੇ ਆਪਾਂ ਹੁਣ ਜਿਹੜੇ ਇੱਥੇ ਗੇਟ ਕਰਦੇ ਪਏ, ਗੇਟ ਕਰਦੇ ਪਏ ਸਾਡੀ ਇੱਧਰ ਗੱਲ ਕਰ। ਪਰਚੀ ਕਟਾ ਲਈ ਆ ਲੱਗਦਾ, ਮੈਨੂੰ ਕਟਾਇਆ ਨਹੀਂ ਪਰਚੀ, ਕਟਾ ਲਈ ਕੀ ਕਹਿੰਦੇ ਫ੍ਰੀ ਹੋਣੀ ਅੱਜ, ਕੀ ਕਹਿੰਦੇ ਇਹ ਹੁਣ ਕਿ ਮੈਡਮ ਨੂੰ ਮਿਲੋ, ਕਹਿੰਦੇ ਮੈਡਮ ਬੈਠੇ ਪਰਚੀ ਕਟਾ ਲਈ ਆ, ਕਟਾਉਣੀ ਸੀਗੀ ਟੈਸਟਾਂ ਵਾਲੀ ਕਟਾ ਲਈ ਦੂਜੀ, ਹੁਣ ਫਿਰ ਲੱਗੀ ਲੈਣ ਦੇ ਵਿੱਚ ਦੁਬਾਰਾ। ਸਹਿਜੂ ਵੀ ਨਾਲੇ ਖੜੀ ਹੋ, ਪੁੱਤ ਖੜਾ ਖੜੀ ਹੋ, ਸਹਿਜੂ ਵੀ ਨਾਲ ਆਈ ਹੈ ਸਾਡੇ ਹਾਜ ਕਰਦੀ ਭਈਏ ਰਾਣੀ ਜੀ ਨਾਲ। ਸਹਿਜੂ ਵੀ ਨਾਲ ਹੀ ਆਈ ਹੈ ਸਾਡੇ, ਅੱਜ ਸਵੇਰ ਦੇ ਆਏ ਆਪਾਂ ਟੈਸਟ ਕਰਾਉਣ, ਦੇਖਦੇ ਹਾਂ ਕਿੰਨੇ ਵਜੇ ਤੱਕ ਫ੍ਰੀ ਹੁੰਦੇ ਹਾਂ। ਉੱਠੇ ਨਹੀਂ ਪੁੱਤ, ਰਾਤ ਦੀ ਲਾਈਟ ਹੀ ਨਹੀਂ ਜੀ, ਰੋਕਣਾ ਕਿੱਥੇ ਆ। ਉੱਧਰ ਹੁਣ ਕਹਿੰਦੇ ਫੋਟੋ ਕਾਪੀ ਕਰਾਉਣ ਚੱਲਣਾ, ਫੋਟੋ ਕਾਪੀ ਕਰਾਉਣ ਚੱਲਣਾ ਉੱਧਰ, ਫੋਟੋ ਕਾਪੀ ਕਰਾਉਣ ਚੱਲਾਂ ਜੀ, ਕਹਿੰਦੇ ਰੱਖ ਕੇ ਫੋਟੋ ਕਾਪੀ ਕਰਾ ਦੋ ਆਵੇ ਜਾਣੇ, ਉੱਧਰੋਂ ਜਾ ਕੇ ਹੁਣੇ ਹੁਣ ਫੋਟੋ ਕਾਪੀ ਜਾ ਕੇ ਕਰਾਉਂਦੇ ਹਾਂ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਉਮੀਦ ਹੈ ਤੁਸੀਂ ਸਾਰਿਆਂ ਠੀਕ ਹੋਵੋਗੇ, ਵਧੀਆ ਹੋਵੋਗੇ। ਹਾਂਜੀ ਅੱਜ ਆਪਾਂ ਆਏ ਹਾਂ ਜੀ ਟੈਸਟ ਕਰਵਾਉਣ ਅਮਨਪ੍ਰੀਤ ਦੇ ਸਰਕਾਰੀ ਹੋਸਪਿਟਲ, ਅਤੇ ਉਹ ਅੰਦਰ ਟੈਸਟ ਕਰਵਾਉਂਦੀ ਪਈ ਆ ਅਮਨਪ੍ਰੀਤ, ਅਤੇ ਮੈਂ ਅਤੇ ਸਹਿਜੂ ਇੱਥੇ ਘੁੰਮਦੇ ਪਏ ਹਾਂ। ਸਹਿਜੂ ਸਾਡੀ ਉਹ ਮੋਟਰਸਾਈਕਲ ਦੇ ਕੋਲ ਆ, ਅਤੇ ਆਪਾਂ ਇੱਥੇ ਘੁੰਮਦੇ ਪਏ ਹਾਂ। ਸਹਿਜਪ੍ਰੀਤ ਇੱਥੇ ਆ, ਆਹ ਸਹਿਜਪ੍ਰੀਤ ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ, ਲਾਈਨ ਬਹੁਤ ਲੰਬੀ ਲੱਗੀ ਸੀਗੀ ਇੱਥੇ, ਅਤੇ ਜਿਸ ਲਈ ਆਊਗੀ ਤਾਂ ਫਿਰ ਗੱਲ ਕਰੂਗੀ। ਗਰਮੀ ਬਹੁਤ ਆ, ਸਵੇਰ ਦੇ ਛੇਤੀ ਆਏ ਆਪਾਂ, ਅਤੇ ਰਸ਼ ਬਹੁਤ ਹੁੰਦਾ ਤਾਂ ਕਿ ਗੱਲ ਇਹ ਆ ਕਿ ਜਿਹੜੇ ਆਪਣੇ ਸਰਕਾਰੀ ਹੋਸਪਿਟਲ ਆ ਨਾ, ਉੱਥੇ ਰਸ਼ ਵਧੀਆ, ਮਤਲਬ ਕਿ ਰਸ਼ ਤਾਂ ਬਹੁਤ ਹੁੰਦਾ, ਰਸ਼ ਤਾਂ ਮਤਲਬ ਕਿ ਬਹੁਤ ਹੁੰਦਾ ਉੱਥੇ, ਅਤੇ ਜਿੱਦਾਂ ਮਤਲਬ ਕਿ ਇਹ ਆ ਕਿ ਇਹ ਹੋਸਪਿਟਲ ਇੱਕ ਨੰਬਰ ਆ, ਬਹੁਤ ਵਧੀਆ ਮਤਲਬ ਹੋਸਪਿਟਲ ਆ ਇਹ, ਕੋਈ ਇੱਦਾਂ ਦੀ ਗੱਲਬਾਤ ਨਹੀਂ ਹੈਗੀ। ਪਾਪਾ ਜੀ ਕਹਿੰਦੇ ਕੀ ਗੱਲ ਹੋਈ, ਹਾਂਜੀ ਮੇਰੀ ਆਪਣੀ, ਹਾਂਜੀ ਹਾਂਜੀ ਉਹ ਪਤਾ ਨਹੀਂ ਉਹ ਕਹਿੰਦੇ ਪਤਾ ਨਹੀਂ ਕਾਹਦੀ ਬਣਾਉਂਦੇ ਪਏ ਵੀਡੀਓ, ਅਤੇ ਤਾਂ ਕਰਕੇ ਉਹਨਾਂ ਨੂੰ ਲੱਗਿਆ ਕਦੇ ਸਾਡੀ ਉਹਦੀ ਬਣਾਉਂਦੇ ਪਏ ਆ ਆਪਣੇ, ਜਿੱਦਾਂ ਮੋਟਰਸਾਈਕਲ ਖੜ੍ਹੇ ਕੀਤੇ ਨਾ ਕੁਲਚਾ ਖਾਣ ਆਏ ਹਾਂ ਜੀ ਆਪਾਂ ਹੁਣੇ, ਅਮਨਪ੍ਰੀਤ ਵੀ ਆਈ ਨਾਲ, ਸਵੇਰ ਦੇ ਭੁੱਖੇ ਪੇਟ ਆਏ ਆਪਾਂ ਅੱਜ ਇੱਥੇ, ਕੁਛ ਖਾਧਾ ਵੀ ਨਹੀਂ ਸੀ, ਇਹ ਟੈਸਟ ਕਰਾਉਣੇ ਸੀਗੇ ਹੁਣ ਫਰੀਦੇ, ਅਤੇ ਉਹ ਕਰਾਉਣਾ ਗ੍ਰਾਂਟੋ ਨੂੰ ਰੋਟੀ ਵੀ ਰੱਖੀ, ਅੱਧਾ ਪਰ ਰੋਟੀ ਖਤਮ ਹੋ ਗਈ ਨਾ, ਕੱਲਾ ਕੱਲਾ ਜੀ ਸਾਨੂੰ ਰਸਤੇ ਵਿੱਚ ਗੋਲੇ ਲੱਛੇ ਦੇਖਣ ਨੂੰ ਮਿਲੇ, ਅਤੇ ਅਸੀਂ ਮੁੜ ਕੇ ਆਏ ਅਤੇ ਸਾਨੂੰ ਬਹੁਤ ਵਧੀਆ ਲੱਗੇ ਆ, ਇਹਨੂੰ ਬਹੁਤ ਪਸੰਦ ਆ।
ਮਿੱਠੀ ਦੇ ਨਾ ਖੈਰ ਨੇ ਗਾਲੀ ਪਈ ਆ ਖੈਰ ਨੇ ਕੋ ਤਾਂ ਗਾਲੀ ਪਈ ਆ ਸਾਹਿਬ ਕੋ ਕੀ ਬਾਤ ਹੈ ਅਰਦਾ ਬਾਤ ਹੈ ਦਸ ਰੁਪਏ ਦਾ ਖਾਣਾ ਸਹਿਜਪ੍ਰੀਤ ਨੇ ਖਾਣਾ ਦੂਜਾ ਸਾਡੇ ਨਹੀਂ ਉੱਧਰ ਆਉਂਦਾ ਕੋਈ ਲੈ ਕੇ ਮੈਨੂੰ ਆਇਆ ਰੱਖ ਦੇ ਹੁਣ ਮਾਸਕ ਲਾ ਕੇ ਬਸ ਹੋ ਗਏ ਕਹਿੰਦੇ ਕੋਈ ਨਾ ਕਹਿੰਦੇ ਕਿੱਥੇ ਤੈਨੂੰ ਸਾਰੇ ਸਹਿਜ ਨੀ ਪਾਲੇ ਸਾਰੇ ਜਮੀ ਖਾਈ ਉਹਦੇ ਜਾ ਕੇ ਲੈਣਾ ਯਾਰ ਕਿਸੇ ਬਹਾਨੇ ਭੁੱਲ ਜਾਊਗੀ ਚਾਵਲ ਚਾਵਲ ਦੇ ਆਟੇ ਨੇ
ਕਿਤੇ ਯਾਰ ਮੈਂ ਤਾਂ ਨਹੀਂ ਦੇਖ ਲਾ ਹੁਣ ਬਰਫ ਕਿੰਨੀ ਪੰਜਾਹ ਬਣੇ ਚਾਲੀ ਆ ਪੰਜਾਹ ਬਣੇ ਚਾਲੀ ਦੇਖ ਲੋ ਚੱਬ ਦੀ ਚਲਾਇਆ ਛੇਤੀ ਦੀ ਖਲਾ ਯਾਰ ਚਲੀਏ ਲਪੇੜ ਦੇਣਾ ਸਾਨੂੰ ਇਹਨੇ ਛੇਤੀ ਦੀ ਖਲਾ ਦੇ ਇਹਨੂੰ ਫਟਾ ਸਹਿਜ ਛੇਤੀ ਖਾ ਚੱਲ ਜੀ ਆ ਗਏ ਹਾਂ ਜੀ ਹੁਣ ਅਸੀਂ ਸਵੇਰ ਦੇ ਗਏ ਸੀਗੇ ਥੱਕੇ ਪਏ ਸੀਗੇ ਹਾਂ ਸਕੈਨਾਂ ਕਰਾ ਕੇ ਲਿਆਂਦੀਆਂ ਟੈਸਟਾਂ ਦੱਸਾਂਗੇ ਕੋਈ ਨਹੀਂ ਉਹ ਅੱਗੇ ਜਿੱਦਾਂ ਦਾ ਵਲੌਗ ਆਉਣੇ ਤੁਹਾਨੂੰ ਹੌਲੀ ਹੌਲੀ ਦੱਸਾਂਗੇ ਸਾਰੀਆਂ ਸਕੈਨਾਂ ਜੋ ਵੀ ਹੁੰਦੀਆਂ ਪਈਆਂ ਤੇ ਆ ਸਹਿਜਪ੍ਰੀਤ ਸਹਿਜੂ ਪੜ੍ਹਦੀ ਆ ਕੇ ਕਹਿੰਦੀ ਮੇਰੀ ਪੜ੍ਹਾਈ ਪਿੱਛੇ ਪੈ ਗਈ ਸਵੇਰ ਦੇ ਕਹਿੰਦੀ ਪੜ੍ਹਾਈ ਦੇਖਿਓ ਕਰਦੀ ਪੜ੍ਹਾਈ ਦੇਖਿਓ ਇਹ ਕਹਿੰਦੀ ਜੀ ਮੇਰੀ ਪੜ੍ਹਾਈ ਬੜੀ ਪਿੱਛੇ ਪੈ ਗਈ ਆ ਦੇਖਿਓ ਪੜ੍ਹਾਈ ਫੁੱਲ ਬਣਾਉਣੀ ਆ ਉੱਲੂ ਦਾ ਕੱਕੜ ਪਤਾ ਨਹੀਂ ਇਹਨੂੰ ਕੀ ਆ ਉੱਲੂ ਦਾ ਕੱਕੜ ਪਤਾ ਕੀ ਆ ਫੁੱਲ ਨੀ ਕਰਨਾ ਛੱਡ ਦੇ ਪਰਾਂ ਕਾਪੀ ਨਾ ਖਰਾਬ ਹੋਈ ਮੇਰੀ ਮੇਰੀ ਹੈ ਤੇ ਆਪਾਂ ਗਏ ਸੀ ਜੀ ਅੱਜ ਸਵੇਰ ਦੇ ਮੈਡਮ ਦੇ ਕੋਲ ਉੱਥੇ ਲਾਈਨ ਚ ਲੱਗੀ ਨੂੰ ਤੇ ਫੇਰ ਇੱਕ ਮੈਡਮ ਚਲ ਗਏ ਦੂਜੇ ਮੈਡਮ ਨੇ ਕਰਵਾਇਆ ਕੰਮ ਤੇ ਉੱਥੇ ਡੇਢ ਘੰਟਾ ਪੂਰਾ ਲੱਗਿਆ ਮੈਨੂੰ ਖੜੇ ਲੱਤੇ ਰਹਿਣਾ ਪਿਆ ਤੇ ਹੋਰ ਵੀ ਲੇਡੀ ਬਹੁਤ ਆਈਆਂ ਸੀ ਉਹ ਵੀ ਵਿਚਾਰੀਆਂ ਇੱਦਾਂ ਖੜੇ ਲੱਤੇ ਸਫਾਈ ਵੀ ਵਧੀਆ ਡਾਕਟਰ ਵੀ ਸਾਰੇ ਵਧੀਆ ਉੱਥੇ ਤੇ ਹੈਗਾ ਵੀ ਸਰਕਾਰੀ ਆ ਬਹੁਤ ਵਧੀਆ ਹਸਪੀਟਲ ਆ ਮਤਲਬ ਕਿ ਨਾ ਸਾਡੇ ਏਰੀਏ ਦੇ ਵਿੱਚ ਇੱਧਰ ਦਸੂਏ ਜਿੰਨੇ ਵੀ ਉੱਥੇ ਮਤਲਬ ਕਿ ਕੇਸ ਆ ਸਾਰੇ ਦਵਾਈ ਵੀ ਫ੍ਰੀ ਮਿਲੀ ਸਾਨੂੰ ਉੱਥੇ ਸਕੈਨ ਵੀ ਫ੍ਰੀ ਮਿਲ ਗਿਆ ਆ ਸਕੈਨ ਵੀ ਫ੍ਰੀ ਹੋਈ ਇੰਨਾ ਵਧੀਆ ਸਹੂਲਤ ਆ ਕਿ ਸਭ ਕੁਝ ਸਕੈਨ ਵੀ ਫ੍ਰੀ ਦਵਾਈ ਵੀ ਫ੍ਰੀ ਤੇ ਪਰਚੀ ਦੇ ਪੈਸੇ ਮੁੜੀ ਲੱਗੇ ਮੇਰੇ ਪਰਚੀ ਦੇ ਵੀ ਲੱਗੇ ਪਏ ਮਤਲਬ ਕਿ ਵਧੀਆ ਸਿਸਟਮ ਕਿਸੇ ਨੇ ਲੈਣ ਚ ਨੀ ਲੱਗਿਆ ਕਿਸੇ ਨੇ ਚੱਕਿਆ ਨੀ ਅੱਗੇ ਨੂੰ ਹੋਇਆ ਮੈਂ ਤੇ ਫੇਰ ਸਾਰਿਆਂ ਨੇ ਹੋਇਆ ਉਹਦੇ ਲੱਗ ਵਿਚਾਰਾ ਉੱਠ ਹੀ ਗਿਆ ਜਿਹਨੇ ਡਿੱਗਿਆ ਉਸਨੇ ਵਿਚਾਰੇ ਨੂੰ ਕਿਸੇ ਨੂੰ ਚੱਕਿਆ ਸਿਰ ਕਿੰਨੀ ਜ਼ੋਰ ਦੀ ਪੱਜਾ ਉਹਦਾ ਉਹਨੂੰ ਫੇਰ ਵੀ ਸੱਟ ਲੱਗੀ ਹੋਣੀ ਵਿਚਾਰੇ ਦੇ ਫੇਰ ਅਗਲਾ ਬਲਦਾ ਰਿਹਾ ਕਿੰਨੇ ਟਾਈਮ ਪੰਜਾਬ ਵਿਚ ਲੱਗੀਆਂ ਹੁੰਦੀਆਂ ਚਣੇ ਲੱਗੇ ਸੀ ਪੱਖਾ ਚਲਾਇਆ
ਨਹੀਂ ਪੱਕਾ ਨਹੀਂ ਚਲਾਉਣਾ ਲੈਣ ਇੱਕ ਹੋਰ ਬਹੁਤ ਵਧੀਆ ਲੱਗਾ ਉੱਥੇ ਨਾ ਚਲਾਈ ਇੱਕ ਜਣਾ ਗੱਡੀ ਦੇ ਵਿੱਚ ਦਾਲ ਰੋਟੀ ਚੋਲ ਇਦਾਂ ਲਾ ਕੇ ਬੈਠਾ ਕੰਮ ਕਿੰਨਾ ਵਧੀਆ ਨਾ ਕੁਲਚਾ ਵੀ ਖਾਦਾ ਸੀ ਤੇ ਕੁਲਚਾ ਵੀ ਸਵਾਦ ਸੀ ਰੋਟੀ ਹੈ ਨਹੀਂ ਸੀ ਨਹੀਂ ਤਾਂ ਅਸੀਂ ਰੋਟੀ ਉੱਥੋਂ ਖਾਣੀ ਸੀ ਤਾਂ ਦਿਖਾਉਣਾ ਸੀ ਸਾਰੇ ਹਾਂ ਆਹ ਦੇ ਲੋਕ ਆਦੀ ਬਾਂਦਰੀ ਜੀ ਆ ਦੇਖਿਓ ਜੀ ਇਹ ਇਹਦੀ ਬੂਥੀ ਦੇਖਿਓ ਰੋਟੀ ਨਹੀਂ ਖਾਂਦੀ ਗੰਦ ਮੰਦ ਖਾਈ ਜਾਂਦੀ ਆ ਟੋਫੀਆਂ ਗੰਦ ਮੰਦ ਹੋਰ ਲਟਰਨ ਪਟਰਨ ਰੋਟੀ ਖਾਂਦੀ ਬੂਥੀ ਦੇਖੋ ਜੀ ਕਿੱਦਾਂ ਬਾਂਦਰ ਹੈਗੀ ਬਾਂਦਰ ਦੀ ਵੀ ਸੋਹਣੀ ਹੁੰਦੀ ਆ ਦੇਖੋ ਮੂੰਹ ਦੇਖਿਓ ਚੰਗੀ ਤਰ੍ਹਾਂ ਇੱਕ ਵਾਰੀ ਭੁਰੀਆ ਖਾਂਦੀ ਆ ਜੀ ਦੇਖੋ ਆ ਦੇਖਿਓ ਮੂੰਹ ਇਹਦਾ ਕੁਲਚੇ ਖਾਂਦੀ ਆ ਗੋਲੇ ਲੱਛੇ ਖਾ ਕੇ ਆਈ ਉਹ ਵੀ ਤੁਸੀਂ ਦੇਖਿਓ ਨਮੂਨਾ ਕਾਕਾ ਜੀ ਆ ਦੇਖੋ ਇਹਦੀ ਮੈਡਮ ਵੀ ਮਿਲੀ ਸਕੂਲ ਉੱਥੇ ਪਾਗਲ ਜਿਹੜੀ ਵੀਡੀਓ ਬਣਾਉਂਦੀ ਹੁੰਦੀ ਹਾਂਜੀ 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 ਓਹੀ 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 ਚਲੋ ਠੀਕ ਆ ਜੀ ਸਾਰਿਆਂ ਨੂੰ ਇੱਥੇ ਹੀ ਤੁਸੀਂ ਵਲੌਗ ਦਾ ਅਸੀਂ ਕਰਦੇ ਆ ਐਂਡ ਥੋੜੀ ਰੈਸਟ ਕਰ ਲਈਏ ਸੀ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਗਰ ਕਿਸੇ ਨੇ ਨਹੀਂ ਕੀਤਾ ਤਾਂ ਸਾਰੇ ਹੱਸਦੇ ਵਸਦੇ ਰਹੋ ਤੰਦਰੁਸਤੀਆਂ ਮਾਣੋ ਭਾਏ ਬਾਏ 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 ਅੱਗੇ ਤੱਕ ਸਾਡੇ ਵਲੌਗ ਦੇਖਦੇ ਰਹੋ ਸਾਡੇ ਚੈਨਲ ਨਾਲ ਬਣੇ ਰਹੋ ਤੇ ਕਿੱਥੇ ਗਿਆ ਤੇਰੇ ਕੋਲ ਕੀ ਉਹ ਕਿੱਥੇ ਗਿਆ ਬਾਏ Bye. Bye. Bye.